ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ, ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ। ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ 28 ਨੂੰ ਵਾਲਾ ਮਿੱਟੀ ਆਖੀਐ ਖੰਡੇ ਤਾਰਾਂ ਸੁਣੀਐ ਤਿੱਖੀ ਆਖਣ ਆਖ ਨਾ ਸਕੀਐ ਲੇਖਿਆ ਲੇਖ ਨ ਜਾਏ ਲਿਖੀ ਗੁਰਮੁਖ ਪੰਥ ਵਖਾਣੀਐ ਅਪੜ ਨ ਸਕੈ ਇਕ ਤਿੱਖੀ ਸਿਰ ਅਲੂਣੀ ਚਟਣੀ ਤੁਲ ਨ ਲੱਖ ਅਮਿਓ ਰਸ ਇੱਖੀ ਗੁਰਮੁਖ ਸੁਖ ਫਲ ਪਾਇਆ ਭਗਤ ਭਾਏ ਗਿਰਲੀ ਜੋ ਦ੍ਰਿਖੀ ਸਤਿਗੁਰ ਤੁਥੈ ਪਾਈਐ ਸਾਧ ਸੰਗਤ ਗੁਰਮਤ ਗੁਰਸਿੱਖੀ ਚਾਰ ਪਦਾਰਥ ਭਿਖਕ ਭਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਲਾ ਨਿੱਕੀ ਆਖੀਐ ਵਾਹਿਗੁਰੂ ਕਾ ਖਾਲਸਾ ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਜੋ ਸੰਬੰਧ ਵਿਚੋਂ ਮਾਮੇ ਲੱਗਦੇ ਸਨ ਭੱਲੇ ਸਾਹਿਬ ਜਾਦਿਆਂ ਵਿਚੋਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਲਿਖਾਰੀ ਹਨ ਇਹ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤ ਰੂਪ ਬਾਣੀ ਦੇ ਰਾਹੀਂ ਜਦੋਂ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਏ ਹਨ ਰਾਮ ਸਾਹਿਬ ਵਿਚ ਬੈਠ ਕੇ ਆਪ ਜੀ ਦੀ ਕਲਮ ਦੇ ਨਾਲ ਆਪਣੇ ਹੱਥਾਂ ਨੂੰ ਪਵਿੱਤਰ ਕਰਦਿਆਂ ਹੋਇਆਂ ਗੁਰਬਾਣੀ ਨੂੰ ਆਪ ਜੀ ਨੇ ਲਿਖਿਆ ਹੈ। ਸੋ ਭਾਈ ਗੁਰਦਾਸ ਜੀ ਗੁਰਸਿੱਖੀ ਦੇ ਜੋ ਪੂਰਨ ਸੰਸਾਰ ਦੇ ਅੰਦਰ ਰਸ ਦੇ ਰਸੀਏ ਹਨ ਉਹ ਆਪਾਂ ਨੂੰ ਗੁਰਸਿੱਖੀ ਦਾ ਰਸ ਬਖਸ਼ਣ ਵਾਸਤੇ ਪਰਮ ਪ੍ਰੇਮ ਦੇ ਨਾਲ 27 ਵਾਰ ਪ੍ਰੇਮ ਦੀ ਗੁਰੂ ਜੀ ਦੇ ਸਿੱਖੀ ਦੀ ਦੱਸੀ ਹੈ। ਹੁਣ 28 ਵਾਰ ਗੁਰਸਿੱਖੀ ਨੂੰ ਬਰੀਕ ਕਰਕੇ ਜਿਸ ਪ੍ਰਕਾਰ ਅਸਚਰਜ ਹੈ ਉਹ ਕਥਨ ਕਰਦੇ ਚਾਰਦੇ ਨੇ ਕਿ ਗਾਇਤਰੀ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਕਦਿਆਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। 28 ਵਾਰ ਆਰੰਭ ਕਰਦੇ ਹਨ ਵਾਲਾ ਨਿੱਕੀ ਆਖੀਐ ਭਾਈ ਗੁਰੂ ਸਾਹਿਬ ਦੀ ਜਿਹੜੀ ਸਿੱਖੀ ਹੈ ਵਾਲਾ ਬਰੀਕ ਹੁੰਦੀ ਹੈ ਖੰਡੇ ਤਾਰਾਂ ਸੁਣੀਐ ਤਿੱਖੀ। ਵਾਲੇ ਸਾਹਿਬ ਸੰਗਤ ਜੀ ਕੀੜੀ ਚੱਲ ਸਕਦੀ ਹੈ ਪਰ ਕੀੜੀ ਜਿੰਨੀ ਵੀ ਹੋਮੇ ਰੱਖ ਕੇ ਗੁਰਸਿੱਖੀ ਵਾਲਾ ਜੀਵਨ ਨਹੀਂ ਆਦਮੀ ਪਾ ਸਕਦਾ ਇਸ ਕਰਕੇ ਵਾਲ ਨਾਲ ਵੀ ਗੁਰਸਿੱਖੀ ਬਰੀਕ ਕਹੀਦੀ ਹੈ ਖੰਡੇ ਧਾਰਾਂ ਸੁਣੀਐ ਤਿੱਖੀ। ਖੰਡੇ ਦੀ ਧਾਰ ਦੇ ਤੇ ਮੱਛਰ ਰਹਿ ਸਕਦਾ ਹੈ ਮੱਛਰ ਜਿੰਨਾ ਡੰਗ ਮਾਰਨ ਵਾਲਾ ਸਰਾਹ ਡਰ ਦੇਣ ਵਾਲਾ ਵੀ ਆਦਮੀ ਗੁਰਸਿੱਖ ਨਹੀਂ ਬਣ ਸਕਦਾ ਇਸ ਦੇ ਖੰਡੇ ਦੀ ਧਾਰ ਨਾਲ ਵੀ ਇਹ ਤਿੱਖੀ ਹੈ ਗੁਰਸਿੱਖੀ ਖੰਡੇ ਦੀ ਧਾਰ ਦੇ ਤੇ ਜਿਹੜਾ ਸਾਧ ਸੰਗਤ ਜੀ ਚਾਹੁੰਦੇ ਹਾਂ ਇਹ ਤਾਂ ਮੋਲੀ ਦੀ ਗੱਲ ਨਹੀਂ ਹੈ ਇਸੇ ਪ੍ਰਕਾਰ ਗੁਰੂ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਰਿਵਾਜ ਵੀ ਚੱਲਣਾ ਆਪਾ ਵਾਰ ਕੇ ਚੱਲਣਾ ਪੈਂਦਾ ਹੰਗਤਾ ਛੱਡ ਕੇ ਮਿਲਣਾ ਪੈਂਦਾ ਹੈ ਮੱਛਰ ਜਿੰਨਾ ਬਣ ਕੇ ਵੀ ਗੁਰਸਿੱਖੀ ਜੀਵਨ ਚ ਜੀਵਿਆ ਨਹੀਂ ਜਾ ਸਕਦਾ ਜਿਹੜਾ ਇੰਨੀ ਵੀ ਹੋਮਾ ਰੱਖਦਾ ਹੋਵੇ ਇਹ ਖੰਡੇ ਦੀ ਧਾਰਨਾ ਵੀ ਤਿੱਖੀ ਸੁਣੀਦੀ ਹੈ ਆਖਣ ਆਖ ਨਾ ਸਕੀ ਹੈ ਆਖਣ ਪ੍ਰਸੰਗ ਹਨ ਵੇਦਾਂ ਦੇ ਪੁਰਾਣਾਂ ਦੇ ਸ਼ਾਸਤਰਾਂ ਦੇ ਸਿਮਰਤੀਆਂ ਦੇ
ਵੇਦਾਂ ਕਿਤਾਬਾਂ ਆਦਿਕਾਂ ਦੇ ਮੁਸਲਮਾਨਾਂ ਦੀਆਂ ਕਿਤਾਬਾਂ ਦੇ ਇਹ ਅਖਿਆਣਾ ਕਰਕੇ ਵੀ ਗੁਰਸਿੱਖੀ ਨੂੰ ਕਹਿ ਨਹੀਂ ਸਕੀ ਦਾ ਹੈ, ਪਸੰਦਾਂ ਕਰਕੇ ਮੁੱਖ ਕਰਕੇ ਕਸਮ ਨਹੀਂ ਕਰ ਸਕੀ ਦਾ। ਲੇਖ ਆ ਲੇਖ ਨਾ ਜਾਏ ਲਿਖੀ, ਜੇ ਲੇਖ ਕਰਕੇ ਲਿਖਣਾ ਚਾਹੀਏ, ਲੇਖ ਤੇ ਵੀ ਅਲੇਖ ਹੈ, ਲਿਖੇ ਕੀ ਗੁਰਸਿੱਖ ਦਾ ਜੋ ਜੀਵਨ ਹੈ ਲਿਖਤ ਨਹੀਂ ਆਉਂਦਾ ਹੈ, ਅਗਮੋ ਵਿੱਚ ਹੈ। ਗੁਰਮੁਖ ਪੰਥ ਵਖਾਣੀ ਗੁਰੂ ਸਾਹਿਬ ਗੁਰੂ ਮਹਾਰਾਜ ਸਾਹਿਬ ਜੀ ਨੇ ਗੁਰਸਿੱਖੀ ਦਾ ਦਾਨ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਤੇ ਗੁਰਮੁਖਾਂ ਦਾ ਪੰਥ ਕਹੀ ਦਾ ਹੈ। ਆਪਣਾ ਸੱਕਾ ਇੱਕ ਤੋਂ ਵਿਖੀ, ਸਾਰੀ ਰਸਤੇ ਵਿੱਚ ਇੱਕ ਵਿਖੀ ਕਦਮ ਇੱਕ ਕਦਮ ਧਰ ਕੇ ਵੀ ਪਹੁੰਚ ਨਹੀਂ ਸਕੀ ਦਾ। ਆਪਣੀ ਸੰਗਤਾਂ ਨਾਲ ਜੇ ਮੈਂ ਕੋਈ ਕਰਮ ਉਠਾ ਕੇ ਵੀ ਪਹੁੰਚ ਸਕਦਾ, ਤੇ ਕਰਮ ਮਾਤਰ ਨਹੀਂ ਪਹੁੰਚ ਸਕੀ ਦਾ। ਸੋਲ ਅਲੂਣੀ ਚਟਣੀ ਗੁਰਮੁਖਾ ਸੋ ਕਮਾਉਣਾ, ਜਿਹੜਾ ਸਾਰ ਸੰਗਤ ਜੀ ਇਹ ਵਿਸ਼ੇ ਰਸ ਰੀਤੀ ਲੂਣ ਨਹੀਂ ਹੈ, ਵਿਸ਼ੇ ਰਸ ਰੀਤੀ ਲੂਣ ਤੋਂ ਰਹਿਤ ਜੋ ਮਹਾਰਾਜ ਸਾਹਿਬ ਦੀ ਆਗਿਆ ਕਮਾਉਣੀ ਹੈ, ਲੂਣੀ ਸਿਰਾ ਚਟਣ ਦੀ ਨਹੀਂ ਆਈ ਹੈ, ਇਹ ਵਿਸ਼ੇ ਰਸ ਰੀਤੀ ਲੂਣ ਨਹੀਂ ਹੈ ਕਿਸੇ ਪ੍ਰਕਾਰ। ਪੋਲਨਾ ਲੱਖ ਅਮਿਓ ਰਸ ਇੱਥੀ, ਜਿਹੜੇ ਰਸ ਆ ਗਏ ਗੁਰਸਿੱਖੀ ਦਾ ਉਹ ਲੱਖਾਂ ਇਸ ਕੁਮਾਰ ਦੇ ਜਿਹੜੇ ਰਸ ਨੇ ਗੰਨੇ ਦੇ ਨਿਕਲੇ ਹੋਏ, ਤੇ ਦੇਵਤਿਆਂ ਦਾ ਅੰਮ੍ਰਿਤ ਦਾ ਰਸ ਆ ਜਿਹੜਾ ਚਾਹੀਦਾ ਰਸਨਾ ਚੋਂ, ਉਹ ਵੀ ਇਹਦੇ ਬਰਾਬਰ ਨਹੀਂ ਹੋ ਸਕਦਾ। ਐਡਾ ਸਿੱਖੀ ਜੀਵਨ ਦਾ ਆਨੰਦ ਹੈ ਉਹ ਨਹੀਂ ਕਿਹਾ ਜਾ ਸਕਦਾ। ਕਈ ਪਹਿਲਾਂ ਗਾਣੇ ਅਲੂਣੀ ਸਿਆ ਕਰੇਂਗੇ ਗੁਰਸਰ ਮਾਇਆ ਸੰਜੋ ਅਲੂਣੀ ਚੁੱਟੀ ਹੈ, ਪਰ ਫੇਰ ਸਾਹਿਬ ਸਿੰਘ ਦੇ ਯੋਗ ਹੋ ਜਾਂਦਾ ਉਦੋਂ ਸਿੱਖ ਦੇ ਜਿਹੜੇ ਬਣੇ ਹੋਏ ਅੰਮ੍ਰਿਤ ਕੁਮਾਰ ਦੇ ਰਸ ਬਣੇ ਹੋਏ ਆ ਗੰਨੇ ਦੇ, ਅਤੇ ਦੇਵਤਿਆਂ ਦੇ ਅੰਮ੍ਰਿਤ ਦਾ ਰਸ ਵੀ ਇਹਦੇ ਬਰਾਬਰ ਨਹੀਂ ਹੋ ਸਕਦਾ। ਐਸਾ ਜੀਵਨ ਨੂੰ ਕਿਆ ਪ੍ਰਾਪਤ ਹੋ ਜਾਂਦਾ। ਗੁਰਮੁਖ ਸੁਖ ਫਲ ਪਾਇਆ, ਗੁਰਮੁਖ ਬਣ ਕੇ ਭਾਈ ਜਿਹਨੇ ਜੀਵਨ ਚੰਗਾ ਬਣਾਇਆ ਹੈ ਉਹਨਾਂ ਨੂੰ ਸੁਖ ਰੂਪੀ ਫਲ ਨੂੰ ਪਾ ਲਿਆ ਹੈ। ਭਗਤ ਭਾਏ ਬਿਰਲੀ ਜੋ ਬ੍ਰਿਖੀ, ਭਗਤੀ ਸਾਹਿਬ ਸੀ ਕਿਸੇ ਬਿਰਲੇ ਬਿਰਖ ਕੌਣ ਸਰੀਰ, ਕਿਸੇ ਕਿਸੇ ਬਿਰਲਿਆਂ ਸਰੀਰਾਂ ਦੀ ਪ੍ਰੇਮਾ ਭਗਤੀ ਤੇ ਬਿਰਖ ਨੂੰ ਫਲ ਲੱਗੇ ਹੈ, ਪ੍ਰੇਮਾ ਭਗਤੀ ਦੇ ਉਹਨਾਂ ਦੇ ਪਾਈ ਸਤਿਗੁਰ ਤੁਠਾ ਪਾਈ ਹੈ। ਗੁਰੂ ਸਾਹਿਬ ਜਿਨ੍ਹਾਂ ਤੇ ਪ੍ਰਸੰਨ ਹੁੰਦੇ ਉਹ ਮਹਾਰਾਜ ਸਾਹਿਬ ਜੀ ਗੁਰਸਿੱਖੀ ਜੀਵਨ ਨੂੰ ਪਾਉਂਦੇ ਹਨ। ਸਾਧ ਸੰਗਤ ਗੁਰਮਤ ਗੁਰਸਿੱਖੀ, ਸਾਧ ਸੰਗਤ ਮਿਲ ਕੇ ਗੁਰਮਤ ਨੂੰ ਗੁਰੂ ਸਾਹਿਬ ਜੀ ਨੂੰ ਸਿੱਖੀਏ ਫਿਰ ਗੁਰਸਿੱਖੀ ਪ੍ਰਾਪਤ ਹੁੰਦੀ ਹੈ। ਚਾਰ ਪਦਾਰਥ ਭਿਖਤ ਭਿਖੀ, ਗੁਰਸਿੱਖ ਦਾ ਜੀਵਨ ਏਡਾ ਉੱਚਾ ਹੋ ਜਾਂਦਾ ਹੈ। ਚਾਰੇ ਪਦਾਰਥ ਧਰਮ ਅਰਥ ਕਾਮ ਮੋਹ ਜਿਹੜੇ ਹਨ, ਇਹ ਭਿੱਖ ਜਿਹੜੇ ਭਿੱਖਿਆ ਮੰਗਣ ਵਾਲੇ ਮੰਗ ਪਏ ਹੈ ਉਹਨਾਂ ਨੂੰ ਭਿੱਖੀ ਭਿੱਖਿਆ ਪਾ ਸਕੀ ਦੀ ਹੈ। ਚਾਰੇ ਪਦਾਰਥ ਦਾਨੀ ਬਣ ਕੇ ਦਾਨ ਦੇ ਸਕਦਾ ਜੇ ਮੰਗਤੇ ਨੂੰ ਖੈਰ ਪਾ ਦੀ ਹੈ, ਏਡਾ ਉੱਚਾ ਜੀਵਨ ਬਣ ਜਾਂਦਾ ਗੁਰਸਿੱਖੀ ਕਰਕੇ।